ਜਿਹੜਾ ਏਅਰਪੋਰਟ ਉੱਪਰ ਟੱਚ ਐਂਡ ਗੋ ਦਾ ਈ ਵੈਲਟ ਹੈ ਉਹ ਕਿੱਦਾਂ ਕਰਨਾ, ਕਿੱਦਾਂ ਬਣਾਉਣਾ, ਇੱਕ ਵਾਰੀ ਟਰਾਈ ਕਰਦੇ ਹਾਂ ਤੁਹਾਨੂੰ ਦੱਸਣ ਦੀ। ਪਲੇ ਸਟੋਰ ਤਾਂ ਸਾਰਿਆਂ ਕੋਲ ਹੋਣਾ। ਆਹ ਲਓ ਜੀ, ਇਹਨੂੰ ਕਰੋ ਓਪਨ, ਇੱਥੇ ਲਿਖੋ ਟੱਚ ਐਂਡ ਗੋ। ਮੈਂ ਕੱਟ ਕੱਟ ਕੇ ਵੀਡੀਓ ਬਣਾ ਰਿਹਾ ਤਾਂ ਕਿ ਲੰਬੀ ਨਾ ਬਣੇ, ਹੈ ਨਾ। ਟੱਚ ਐਂਡ ਗੋ ਈ ਵਾਲਟ ਧਿਆਨ ਨਾਲ ਦੇਖ ਲਓ, ਠੀਕ ਹੈ ਜੀ। ਉੱਪਰ ਵਾਲ ਸਭ ਤੋਂ ਉੱਪਰ ਜ਼ਿਆਦੇ ਆਹ ਵਾਲਾ। ਹੁਣ ਇਹਨੂੰ ਕਰਨਾ ਓਪਨ। ਲਓ ਜੀ, ਜਿਨ੍ਹਾਂ ਦਾ ਪਹਿਲਾਂ ਬਣਿਆ ਹੋਇਆ ਉਹਨਾਂ ਨੇ ਲੌਗਇਨ ਕਰ ਲੈਣਾ, ਨਹੀਂ ਤਾਂ ਸਾਈਨ ਅਪ ਕਰ ਲੈਣਾ। ਆਪਣਾ ਨੰਬਰ, ਅਠਤਾਲੀ, ਬਾਰਾਂ, ਉਣੰਜਾ। ਆਹ ਲਓ ਜੀ, ਹੋ ਗਿਆ। ਉਸ ਤੋਂ ਬਾਅਦ ਕਰ ਦੇਣਾ ਆਪਦਾ ਕੋਈ ਵੀ ਪਿੰਨ, ਭਰ ਦੇਣਾ ਪਾਸਵਰਡ। ਆਹ ਲਓ ਜੀ, ਉਸ ਤੋਂ ਬਾਅਦ ਆਪਦੀ ਕੰਟਰੀ, ਸੋਰੀ, ਉਸ ਤੋਂ ਬਾਅਦ ਆਪਦੇ ਜਿਹੜਾ ਵੀ ਸਿਕਿਉਰਟੀ ਦਾ ਕੁਐਸਚਨ ਭਰਨਾ ਹੋਗਾ, ਮੂਵੀ ਪ੍ਰਾਇਮਰੀ ਸਕੂਲ ਚਲੋ ਜੀ, ਆਪਾਂ ਮੂਵੀ ਭਰ ਦਿੰਦੇ ਹਾਂ। ਆਂਸਰ ਹੈਗਾ ਜੇ ਤਾਂ ਪੀਕੇ ਮੂਵੀ ਮੇਰੀ ਫੇਵਰੇਟ ਹੈ। ਉਸ ਤੋਂ ਬਾਅਦ ਆ ਗਿਆ ਨੈਕਸਟ। ਉਸ ਤੋਂ ਬਾਅਦ ਮਲੇਸ਼ੀਆ ਦੇ ਵਿੱਚ ਹੈਗੇ ਆ ਮਾਈ ਕਾਰਡ, ਆਪਣੀ ਆਹ ਜਾਣਕਾਰੀ ਭਰ ਦੇਣੀ ਹੈ। ਅੱਛਾ ਯਾਰ, ਇੱਥੇ ਕਾਰਡ ਦੇ ਟਾਈਪ ਦੋ ਹੀ ਆ ਰਹੇ ਆ, ਇੱਕ ਮਾਈ ਕਾਰਡ ਅਤੇ ਇੱਕ ਆਰਮੀ। ਅਤੇ ਜਿਹੜੀ ਨੈਸ਼ਨੈਲਿਟੀ ਆ ਉਹ ਇੰਡੀਆ ਵਾਲਿਆਂ ਦੀ ਤਾਂ ਆ ਰਹੀ ਹੈ ਇੱਥੇ, ਹੈ ਨਾ। ਆਈ ਇੰਡੀਆ ਸਾਡੀ ਤਾਂ ਆ ਰਹੀ ਹੈਗੀ ਹੈ, ਪਾਕਿਸਤਾਨ ਵਾਲੇ ਵੀਰਾਂ ਦੀ ਨਹੀਂ ਆ ਰਹੀ। ਉਹਨਾਂ ਦਾ ਤੁਸੀਂ ਮਲੇਸ਼ੀਆ ਹੀ ਭਰ ਦਿਓ, ਜਿਹੜੇ ਪਾਕਿਸਤਾਨ ਵਾਲੇ ਮੇਰੇ ਵੀਰ ਹੈ ਉਹ ਮਲੇਸ਼ੀਆ ਹੀ ਭਰ ਦਿਓ, ਹੈ ਨਾ। ਉਸ ਤੋਂ ਬਾਅਦ ਆ ਜਾਣਾ ਜੀ ਆ ਫੇਸ ਵੈਰੀਫਿਕੇਸ਼ਨ। ਉਸ ਤੋਂ ਬਾਅਦ ਇਹਨੂੰ ਇਨੇਬਲ ਨਾਓ ਦੇ ਉੱਪਰ ਕਲਿੱਕ ਕਰ ਦੇਣਾ। ਆਹ ਵਾਲਾ ਪੋਰਟਫੋਲੀਓ ਤੁਹਾਡੇ ਸਾਹਮਣੇ ਖੁੱਲ੍ਹ ਕੇ ਆਜੂਗਾ ਜੀ, ਕਿਸੇ ਚੀਜ਼ ਨੂੰ ਟੱਚ ਨਹੀਂ ਕਰਨਾ ਹੋਰ। ਇਹਨੂੰ ਜਦੋਂ ਰੀਲੋਡ ਮੰਗਣਾ ਹੈ ਤਾਂ ਉਦੋਂ ਇਹਨੇ ਨਾ ਵੈਰੀਫਾਈ ਕਰਨਾ, ਹੈ ਨਾ, ਵੈਰੀਫਾਈ ਮੰਗਣਾ ਹੈਗਾ। ਹਰ ਚੀਜ਼ ਨੂੰ ਇਹਨੇ ਵੈਰੀਫਾਈ ਮੰਗਦਾ। ਆਹ ਦੇਖੋ, ਅਪਗ੍ਰੇਡ ਜਦੋਂ ਕੀਤਾ ਨਾਲ ਦੀ ਨਾਲ ਆ ਗਿਆ ਵੈਰੀਫਾਈ। ਵੈਰੀਫਾਈ ਦੇ ਉੱਪਰ ਕਲਿੱਕ ਕਰਨਾ ਇਹਨੂੰ। ਉੱਪਰ ਦੋ ਆਪਸ਼ਨ ਆ ਰਿਹਾ, ਮਲੇਸ਼ੀਅਨ ਹੈ ਕਿ ਫੋਰੀਨਰ ਹੈ। ਪਾਸਪੋਰਟ ਇਹਦੇ 'ਤੇ ਆ ਜਾਣੀ ਜੀ, ਟੇਕ ਆਈ ਡੀ ਫੋਟੋ, ਅਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਇਹਨੇ ਓਪਨ ਹੋ ਜਾਣਾ, ਹੈ ਨਾ। ਅਤੇ ਕਾਰਡ ਦੇ ਨਾ ਪਿਛਲੇ ਪਾਸੇ ਆਹ ਜਿਹੜਾ ਨੰਬਰ ਲਿਖਿਆ ਨਾ ਸੀਰੀਅਲ ਨੰਬਰ, ਆਹ ਵਾਲਾ, ਇਹ ਸੀਰੀਅਲ ਨੰਬਰ ਤੁਸੀਂ ਉੱਥੇ ਜਾ ਕੇ ਰਜਿਸਟਰਡ ਕਰ ਲੈਣਾ ਅੰਦਰ ਜਾ ਕੇ, ਹੈ ਨਾ, ਉਹਦੇ ਵਿੱਚ ਐਪਲੀਕੇਸ਼ਨ ਦੇ ਵਿੱਚ। ਉਹਦੀ ਡੇਟ, ਐਕਸਪਾਇਰੀ ਡੇਟ, ਜਿਹੜਾ ਉਹ ਵੀ ਕੁਛ ਲਿਖਿਆ ਹੋਇਆ ਉਹ ਸਾਰਾ ਕੁਛ ਉਹਦੇ ਵਿੱਚ ਭਰ ਦੇਣਾ, ਤਾਂ ਕਿ ਇਸ ਕਾਰਡ ਤੁਹਾਡਾ ਉਹਦੇ ਨਾਲ ਈ ਵੈਲਟ ਦੇ ਨਾਲ ਹੋ ਜਾਵੇ, ਟੱਚ ਹੋ ਜਾਵੇ, ਹੈ ਨਾ। ਅਤੇ ਜਦੋਂ ਵੀ ਤੁਸੀਂ ਏਅਰਪੋਰਟ 'ਤੇ ਜਾਓ ਤਾਂ ਫਿਰ ਇਸੇ ਕਾਰਡ ਨਾਲ ਤੁਸੀਂ ਉੱਥੇ ਜਾ ਕੇ ਪੈਸੇ ਪੇ ਕਰ ਸਕਦੇ ਹਾਂ। ਥੋੜ੍ਹਾ ਜਿਹਾ ਮੱਥਾ ਤਾਂ ਮਾਰਨਾ ਪੈਣਾ, ਥੋੜ੍ਹਾ ਜਿਹਾ, ਖੁਦ ਨਹੀਂ ਕਰ ਸਕਦੇ, ਕਿਸੇ ਨਾ ਕਿਸੇ ਹੋਰ ਨੂੰ ਕਹਿ ਦਿਓ। ਅਤੇ ਮੈਨੂੰ ਨਾ ਕਾਲ ਕਰਕੇ ਕਹਿ ਦਿਓ ਬਈ ਤੂੰ ਹੀ ਕਰਕੇ ਦੇ ਦੇ ਸਾਡੇ, ਹੈ ਨਾ, ਜਾਂ ਕਿਸੇ ਹੋਰ ਤੁਸੀਂ ਏਜੰਟ ਨੂੰ ਕਹੋਗੇ ਜਾਂ ਕਿਸੇ ਹੋਰ ਨੂੰ ਕਹੋਗੇ, ਉਹਨੇ ਫਿਰ 100-1000 ਰੁਪਈਆ ਤੁਹਾਡੇ ਕੋਲੋਂ ਮੰਗ ਲੈਣਾ। ਕੋਸ਼ਿਸ਼ ਕਰੋ, ਖੁਦ ਹੀ ਥੋੜ੍ਹਾ ਥੋੜ੍ਹਾ ਕੰਮ ਕਰਿਆ ਕਰੋ, ਉਹ ਤੁਹਾਡੇ ਖਾਤਰ ਫਾਇਦੇਮੰਦ ਵੀ ਹੈ ਅਤੇ ਲਾਹੇਵੰਦ ਵੀ ਹੈ। ਅਤੇ ਕੋਸ਼ਿਸ਼ ਕਰੂੰਗਾ, ਮੈਂ ਇੱਦਾਂ ਕਰੂੰਗਾ, ਇਹਨੂੰ ਯੂਟਿਊਬ ਚੈਨਲ ਦੇ ਉੱਪਰ ਇੱਕ ਪ੍ਰੋਪਰ ਵੀਡੀਓ ਬਣਾ ਦੂੰਗਾ। ਹੁਣ ਤਾਂ ਕੱਟ ਕੱਟ ਕੇ ਬਣਾਉਣੀ ਪਈ, ਡਿਟੇਲ ਦੇ ਵਿੱਚ ਵੀਡੀਓ ਬਣਾ ਦੂੰਗਾ ਜੇ ਤੁਹਾਨੂੰ ਰਿਕੁਆਇਰ ਹੋਈ ਤਾਂ ਉਹਦੇ।